ਕੀ ਨਹੀਂ ਆਉਣ ਦਿਓ, ਜਤਿੰਦਰ ਸਿੰਘ ਕੀ ਨਹੀਂ ਆਉਣ ਦਿਓ, ਕੀ ਕੇ ਭਾਰਤ ਮਾਤਾ ਕੀ ਜੈ ਆਖਦੇ, ਤੇ ਇਕੱਠੇ ਕੌਣ ਹੋਏ ਨੇ ਜਿਹੜੇ ਆਖਦੇ ਪਾਕਿਸਤਾਨ ਜ਼ਿੰਦਾਬਾਦ। ਕਾਂਗਰਸ ਦੇ ਗੱਲੇ ਨੈਸ਼ਨਲ ਕਾਨਫਰੰਸ ਦੇ ਪੀਡੀਪੀ ਨੂੰ ਜੁੜੀ ਦੀ ਹੈ, ਨੈਸ਼ਨਲ ਕਾਨਫਰੰਸ ਦੇ ਸਪੀਕਰ ਸਾਹਿਬ ਰਾਜੀਵ ਹੋਰ ਨਹੀਂ ਪਤਾ ਉਸ ਅਸੈਂਬਲੀ 'ਚ ਸਪੀਕਰ ਬਤੌਰ ਸਪੀਕਰ ਪਾਕਿਸਤਾਨ ਜ਼ਿੰਦਾਬਾਦ ਆਖਣ ਦਾ ਇਹ ਕਿਹੜਾ ਨਿਜ਼ਾਮ ਹੈ? ਅਸਾਂ 70 ਬਾਰੇ 'ਚ ਕਹਿੰਦਾ ਦਿਖਿਆ ਨਹੀਂ ਸੁਣਿਆ ਨਹੀਂ, ਹਿੰਦੁਸਤਾਨ 'ਚ ਐਸੀ ਗੱਲ ਹੁੰਦੇ ਉਹ ਸਾਡੇ ਖਿਲਾਫ ਹੋਈ ਦੇ ਇਸ ਵੇਲੇ, ਉਹ ਆਖਦੇ ਆਹ ਦੁਸ਼ਟ ਆ। ਔਰ ਇਸ 40 ਦੀ ਨੁਕਤਾਚੀਨੀ ਕਰਦੇ ਕਦੇ ਕਦੇ ਐਸਾ ਭਜਾਉਂਦਾ ਵੀ ਆਸਤੇ ਹੁਰੀਅਤ ਕੋਲੋਂ ਵੀ ਗਏ ਗੁਜਰੇ ਆ। ਇਸ ਵਾਸਤੇ ਇਹ ਧਰਮ ਯੁੱਧ ਹੈ, ਇੱਕ ਪਾਸੇ ਇਹ ਲੋਕ ਹਨ, ਇੱਕ ਪਾਸੇ ਮੋਦੀ ਜੀ ਰਾਸ਼ਟਰਵਾਦੀ ਲੋਕ ਦੇਸ਼ ਭਗਤ ਲੋਕ। ਇਹ ਸ਼ਹੀਦੇ ਦੀ ਭੂਮੀ ਹੈ, ਸਾਡੇ ਪੁਰਖੇ ਦੀ ਜਿਹੜੀ ਵਿਰਾਸਤ ਹੈ ਉਹਦਾ ਭਾਰ ਸਾਡੇ ਬੁੱਢੇ ਉੱਪਰ ਹੈ, ਉਹਦਾ ਪ੍ਰਾਸ਼ਚਿਤ ਕਰਨ ਦੀ ਘੜੀ ਹੈ, ਇਹ ਸਾਡੇ ਵਾਸਤੇ ਪ੍ਰੀਖਿਆ ਦੀ ਘੜੀ, ਇਹ ਮੋਟੀ ਗੱਲ ਹੀ ਹੈ। ਦੂਜੀ ਗੱਲ ਜਿਹਦੇ ਪ੍ਰਤੀ ਇਸ਼ਾਰਾ ਕਰਾਰ ਦੇ ਰਾਜੀਵ ਹੋਰ, ਚੁਣਾਵ ਦਾ ਮੌਸਮ ਆਉਂਦਾ ਬੜੇ ਲੋਕੀ ਸ਼ੌਕ ਚੜ੍ਹਦਾ ਇਲੈਕਸ਼ਨ ਲੜਨ ਦਾ, ਇਹਦੀ ਕੋਈ ਮਨਾਹੀ ਵੀ ਨਹੀਂ, ਸੰਵਿਧਾਨ ਨੇ ਅਧਿਕਾਰ ਦਿੱਤੇ ਦਾ ਸਾਰੇ ਇਲੈਕਸ਼ਨ ਲੜੋ, ਜਿੰਨੇ ਜ਼ਿਆਦਾ ਪ੍ਰਤਿਆਸ਼ੀ ਹੋਣ ਖਰਾ, ਜਿੰਨੀ ਜ਼ਿਆਦਾ ਵੋਟਿੰਗ ਹੋਏ ਉਨਾ ਖਰਾ, ਤਾਂ ਗਏ ਅਸੀਂ ਆਖਦੇ ਚੁਣਾਵ ਕੀ ਆਖਦੇ ਪ੍ਰਜਾਤੰਤਰ ਕਾ ਉਤਸਵ ਫੈਸਟੀਵਲ ਆਫ ਡੈਮੋਕ੍ਰੇਸੀ, ਜੇ ਮਤੇ ਨੱਚਣੇ ਵਾਲੇ ਨਹੀਂ ਹੋਣ ਤਾਂ ਤਿਉਹਾਰ ਕੀ ਹੈ ਬਣਨਾ। ਲੇਕਿਨ ਅਸੀਂ ਇਹ ਸੋਚਣਾ ਵੀ ਉਮੀਦਵਾਰ ਭਾਵੇਂ ਜਿੰਨਾ ਵੀ ਚੰਗਾ ਕੀ ਨਹੀਂ ਹੋਇਆ ਵਿਅਕਤੀਗਤ ਤੌਰ ਉੱਪਰ, ਜੇ ਅਸੀਂ ਉਸੀ ਵੋਟ ਪਾਇਆ ਤਾਂ ਵਿਆਹ ਵੋਟ ਉਸੀ ਲੱਗਣਾ ਕਿ ਕੁਤੇ ਹੋਰ ਪੁੱਜਣਾ। ਜਿਵੇਂ ਪਰਸੋਂ ਮਹਿਬੂਬਾ ਮੁਫਤੀ ਨੇ ਆਖਿਆ ਅਸਾਂ ਇਸ ਵਾਰੀ ਕੈਂਡੀਡੇਟ ਨਹੀਂ ਖੜੇਰਨਾ, ਪਿਛਲੀ ਵਾਰੀ ਖੜੇਰੇ ਹਾਂ 40,000 ਵੋਟ ਲਈ ਆ, ਅਗਰ ਨਹੀਂ ਖੜੇਰਿਆ ਤਾਂ 40,000 ਵੋਟ ਘੱਟਦੇ ਬੀਜੇਪੀ ਦੇ। ਇਸ ਵਾਸਤੇ ਉਸ ਦ੍ਰਿਸ਼ਟੀ ਕਰਨੇ ਜਿਹੜੇ ਸਾਡੇ ਵਿੱਚ ਆ ਖੜੁੱਤੇ ਉਹਨਾਂ ਕੋਹਦੇ ਘਟਾਣੇ? ਜੇ ਤੁਸੀਂ ਹੁਣੇ ਵੋਟ ਪਾਇਆ ਕੁਸੇ ਨੇ ਨਹੀਂ ਜਿੱਤਣਾ ਜਾਂ ਜਿੱਤਣਾ, ਇਹਨਾਂ ਦੇ ਮੰਨਦੇ ਨਾ ਨਹੀਂ ਜਿੱਤਣਾ, ਤਾਂ ਵੀ ਉਹ ਵੋਟ ਜਿਸ ਮਨੁੱਖੇ ਹੀ ਪਾਇਆ ਉਸੇ ਵੀ ਨਹੀਂ ਲੱਗਣਾ, ਉਹ ਵੋਟ ਪੁੱਜਣਾ ਫਾਰੂਕ ਅਬਦੁੱਲੇ ਮਹਿਬੂਬਾ ਮੁਫਤੀ ਅਤੇ ਕਾਂਗਰਸ ਦੇ ਉਮੀਦਵਾਰ ਦੇ ਰਾਹੇ ਪੁੱਜੀ ਆਣਾ ਗਿਲਾਣੀ ਜੀ। ਤਾਂ ਇਸ ਵਾਸਤੇ ਇਹ ਸਾਰਾ ਰਾਜਪੂਤੇ ਦਾ ਗ੍ਰਾਂ ਹੈ, ਤੁਸੀਂ ਆਖਣਾ ਮਹਾਰਾਜ ਤੂੰ ਸਿਰ ਮੱਥੇ ਜੈਦਿਆ ਵੀ ਕਰਨੀ, ਮੱਥਾ ਵੀ ਟੇਕਣਾ, ਸਾਰਾ ਪੰਡਾਲਾ ਉੱਥੇ ਸਾਫਾ ਵੀ ਪਵਾਉਣਾ, ਪਰ ਆਖਣਾ ਮਹਾਰਾਜ ਵੋਟ ਦੂਗੇ ਪਾਸੇ। ਅਤੇ ਉੱਜ ਦਾ ਵੀ ਹੁਣ ਉੱਜ ਦੇ ਬਾਰੇ 'ਚ ਵਿੱਚ ਵਿੱਚ ਗੱਲ ਆਉਂਦੀ ਹੈ, ਇਹ ਚੁੱਕੇ ਲੋਕੀ ਜਾਈਏ ਸਮਝਾਉਣਾ, ਜਾਂ ਕਈ ਵਾਰੀ ਸੋਸ਼ਲ ਮੀਡੀਆ ਸ਼ਰਾਰਤ ਕਰਦੇ ਹੋਊਗਾ, ਉੱਜ ਦਾ ਪ੍ਰੋਜੈਕਟ ਵੀ ਕਮ ਸੇ ਕਮ 50 ਵਰ੍ਹੇ ਦਾ ਰੁਕੇ ਦਾ ਹਾਂ। ਇਹ ਮੋਦੀ ਜੀ ਅੱਗੇ ਰੱਖੀ ਦੋਨੇ ਪ੍ਰੋਜੈਕਟਾਂ ਦੀ ਗੱਲ, ਮੋਦੀ ਜੀ ਅੱਗੇ ਰੱਖੀ ਉਹਨੇ ਵਿਚਾਰਿਆ ਵਿਅਕਤੀਗਤ ਹਸਤਕਸ਼ੇਪ ਕੀਤਾ ਅਤੇ ਸ਼ਾਹਪੁਰ ਕੱਢੀ ਤਾਂ ਚੱਲਿਆ।